ਕਿ ਅੱਗੇ ਜਿਹੜਾ ਮਾਹੌਲ ਹੁਣ ਬਣਦਾ ਜਾ ਰਿਹਾ ਮਾਸਕ ਤੋਂ ਬਿਨਾ ਤਾਂ ਨਾ ਘੁੰਮੋ। 7 ਫੇਸ ਦੀਆਂ ਲਾਈਟਾਂ ਅਸੀਂ ਕਰ ਲਈਆਂ ਨੇ ਕ੍ਰੋਸ। ਪੰਜਾਬ ਦੇ ਵਿੱਚ ਨਾ ਜੀ 7 ਬੰਦਿਆਂ ਕੋਲ ਏ ਸੇਮ ਹੱਕ ਹੈ, ਉਹਦੇ ਵਿੱਚੋਂ ਇੱਕ ਕੰਪਨੀ ਆਪਣੀ ਹੈ ਰਿਹੰਤ ਪੈਕਵੈਲ ਦੇ ਨਾਮ ਤੋਂ ਮੋਹਾਲੀ। ਕੋਸ਼ਿਸ਼ ਕਰਦੇ ਹਾਂ ਜੀ ਮਤਲਬ ਵਰਲਡ ਦੇ ਵਧੀਆ ਮਾਸਕਾਂ 'ਚੋਂ ਇੱਕ ਮਾਸਕ ਬਣਾਇਆ ਜਾਣ। ਮਾਈ ਬੈਸਟ ਫਰੈਂਡ ਦਾ ਐਸੇ ਇਹਨਾਂ ਦੇ ਨਾਂ 'ਤੇ ਲਿਖਿਆ ਜਾਂਦਾ ਸੀਗਾ ਜਿਹੜਾ ਉਹਦੇ ਲਿਖਿਆ ਹੁੰਦਾ ਨਾ N95। ਹਾਂਜੀ, ਇਹਦਾ ਮਤਲਬ ਹੈ ਵੀ 95% ਇਹ ਜਿਹੜੀ ਬੈਕਟੀਰੀਆਜ਼ ਨੂੰ ਹੈ ਉਹ ਰੋਕੇ। ਅੱਛਾ, ਸੋ ਜਿਹੜੇ ਖਾਸ ਤੌਰ 'ਤੇ ਪੱਗ ਬੰਨਦੇ ਆ ਉਹਨਾਂ ਲਈ ਬੜਾ ਵਧੀਆ। ਸਿੰਨਾ ਵੀ ਆਵੇ ਤਾਂ ਸੋਕ ਲੈ। ਇੱਕ ਮਿੰਟ ਦਿਖਾ ਦਵਾਂ, ਦਿਸ ਇਜ਼ ਹਾਈਗਰੋਸਕੋਪਿਕ ਲੇਅਰ ਪਾਚਿੰਗ ਕੇ ਦੀ ਵਿਕਰ ਜੀ ਯੋ ਮੈਂ ਬੇਰ ਕਾ ਸੇ ਕੈਸ਼ ਕੀ ਨਹੀਂ ਆਤੀ ਬੇਰ ਕਾ ਸੇ ਕੈਸ਼ ਥੋੜੀ ਆਏਗੀ ਬੇਰ। ਹਾਂਜੀ, ਹੋਈ ਗੱਲਬਾਤ ਚੱਲ ਰਹੀ ਹੈ ਵੀਰੇ, ਗੱਲਬਾਤ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਬਹੁਤ ਚੱਲ ਰਹੀ ਗੱਲਬਾਤ। ਸਤਿ ਸ੍ਰੀ ਅਕਾਲ ਜੀ, ਆਹ ਮਾਸਕ ਨੂੰ ਤਾਂ ਤੁਸੀਂ ਪਛਾਣਦੇ ਹੋ ਜੀ, ਪਰ ਆਹ ਮਾਸਕ ਤੇ ਮਾਸਕ ਦੇ ਪਿੱਛੇ ਬੰਦਾ ਕੌਣ ਹੈ ਇਹਨੂੰ ਨਹੀਂ ਤੁਸੀਂ ਪਛਾਣਦੇ ਹੈਗੇ। ਸੋ ਮੇਰਾ ਬੈਸਟ ਬੜੀ ਗੌਤਮ ਜੈਨ ਇਜ਼ ਦੇਅਰ, ਅਤੇ ਤੁਸੀਂ ਗੱਲਾਂ ਤੋਂ ਪਛਾਣ ਲੈਣੋ ਕਿ ਬਿਜ਼ਨਸਮੈਨ ਗੱਲਾਂ ਕਰਦਾ ਜੀ, ਹੈ ਨਾ। ਸੋ ਅੱਜ ਬਿਜ਼ਨਸਮੈਨ ਆ ਜੀ ਮੇਰਾ ਮਿੱਤਰ, ਅਤੇ ਤੁਹਾਨੂੰ ਗੱਲਾਂ ਤੋਂ ਅੰਦਾਜ਼ਾ ਲੱਗ ਗਿਆ ਹੋਣਾ ਮਾਸਕ ਉੱਪਰ ਥੱਲੇ ਕਰਦੇ ਰਹੀਏ, ਨਹੀਂ ਫਿਰ 500 ਦਾ ਨੋਟ ਫੜਾਉਣਾ ਪੈਣਾ, ਇੰਨਾ ਹੀ ਚਲਾਉਣਾ, ਇੰਨਾ ਹੀ ਚਲਾਉਣਾ ਭਾਅ ਜੀ। ਸੋ ਮਾਸਕ ਦੀ ਗੱਲ ਵਾਰ ਵਾਰ ਤੋਂ ਤਾਂ ਉੱਠ ਰਹੀ ਹੈ ਅੱਜ, ਕਿਉਂਕਿ ਅੱਜ ਅਸੀਂ ਮਿੱਤਰ ਦੀ ਫੈਕਟਰੀ ਚੱਲੇ ਹਾਂ। ਬਾਈ ਦੱਸੋ ਮਾੜਾ ਕਿਹੜੀ ਫੈਕਟਰੀ ਆਪਣੀ? ਆਪਣੀ ਜੀ ਮਾਸਕ ਬਣਾਉਂਦੀ ਹੈ N95 ਮਾਸਕ ਦੀ। ਪੰਜਾਬ ਦੇ ਵਿੱਚ 7 ਲੋਕਾਂ ਕੋਲ ASI ਮਾਰਕ ਹੈ, ਜਿਹੜਾ ਇੱਕ ਸਾਡੇ ਕੋਲ ASI ਮਾਰਕ, ਤੇ ਅਸੀਂ N95 ਮਾਸਕ ਬਣਾਉਂਦੇ ਹਾਂ ਜੀ। ਭਾਅ ਜੀ ਨੂੰ ਉਹਦੇ ਦਰਸ਼ਨ ਕਰਾਉਣ ਲੈ ਕੇ ਚੱਲਦੇ ਹਾਂ। ਆਓ ਜੀ, ਤੁਸੀਂ ਵੀ ਲੋਕ ਦਰਸ਼ਨ ਕਰੋ, ਪਹੁੰਚੋ ਜੀ ਚਰਨ ਪਾਓ। ਇੱਜ਼ਤ ਮਿਲ ਗਈ ਵੀਰੇ ਅੱਜ ਵਲੌਗ 'ਚ, ਭਾਅ ਜੀ ਕਹਿ ਦਿੱਤਾ ਸਾਨੂੰ, ਬਾਕੀ ਗੱਲਾਂ ਛੱਡੋ। ਜਾਂ ਦੋਸਤਾਂ ਵੱਲੋਂ ਤੁਹਾਨੂੰ ਇੱਜ਼ਤ ਨਾਲ ਪੁਕਾਰਿਆ ਜਾਂਦਾ ਨਾ, ਥੋੜ੍ਹਾ ਜਿਹਾ ਫਿਰ ਬੰਦਾ ਕੀ ਕਹਿੰਦੇ ਵੱਖਰਾ ਜਿਹਾ ਫੀਲ ਕਰਦਾ ਹੈ ਨਾ, ਸਪੈਸ਼ਲ ਜਿਹਾ। 36 ਦੀ ਹੋ ਜਾਂਦੀ ਹੈ। ਆਹ ਲੈ ਲੈ ਪੰਜਾਬ ਪੂਰਾ ਜੀ ਪੂਰਾ, ਮੈਂ ਕਹਿੰਦਾ ਸੈਂਚਰੀ ਟੱਪ ਜਾਂਦੀ ਆ। ਸੋ ਬਾਈ ਦੀ ਫੈਕਟਰੀ ਆ ਜੀ, N95 ਜਿਹੜੇ ਮਾਸਕ ਨੇ ਉਹ ਬਣਦੇ ਨੇ, ਅਤੇ ਆਪਾਂ ਕਿਵੇਂ ਬਣਦੇ ਨੇ ਫੈਕਟਰੀ ਅੱਜ ਦਿਖਾਊਗਾ ਵੀ ਬਾਈ, ਸ਼ਾਇਦ ਮੈਨੂੰ ਨਹੀਂ ਫਿਰ ਧੱਕੇ ਨਾਲ ਦੇਖਾਂਗੇ ਆਪਾਂ, ਇੱਥੇ ਤਾਂ ਆਪਾਂ ਜ਼ੋਰ ਚਲਾ ਸਕਦੇ ਹਾਂ। ਸਿੱਧਾ ਲੈ ਲਈਏ, ਸਿੱਧਾ ਚਲੋ ਬਾਈ ਜੀ, ਸਿੱਧਾ ਚਲੋ ਜੀ, ਆਓ ਜੀ ਫਿਰ ਚੱਲਦੇ ਹਾਂ। ਸ਼ਕਲ ਫਿਰ ਬਾਈ ਦੀ ਆਵਾਜ਼ ਦਿਖਾਉਣਾ, ਕਿਉਂਕਿ ਬਾਈ ਡਰਦਾ ਬਹੁਤ ਆ ਪੁਲਿਸ ਵਾਲੇ ਤੋਂ, ਪਤਾ ਨਹੀਂ ਪੁਲਿਸ ਵਾਲਿਆਂ ਤੋਂ ਡਰਦੇ। ਸੱਤ ਫੇਸ ਦੀਆਂ ਲਾਈਟਾਂ ਅਸੀਂ ਕਰ ਲਈਆਂ ਨੇ ਕ੍ਰੋਸ, ਅਤੇ ਹੁਣ ਅਸੀਂ ਸਿੱਧਾ ਜਾਵਾਂਗੇ 82 ਸੈਕਟਰ, ਸੈਕਟਰ 82 ਏਅਰਪੋਰਟ ਰੋਡ 'ਤੇ ਜਾ ਕੇ, ਅਤੇ ਉੱਥੇ ਮਿਲਦੇ ਹਾਂ। ਸੈਕਟਰ ਵੱਲ ਤੁਰ ਪਏ ਹਾਂ, ਚੈੱਕ ਕਰ ਲਓ ਆਰਾਮ ਨਾਲ। ਲਓ ਜੀ ਪਹੁੰਚ ਗਿਆ ਗੌਤਮ ਜੈਨ, ਮਾਈ ਬੈਸਟ ਫਰੈਂਡ ਦਾ ਐਸੇ ਇਹਨਾਂ ਦੇ ਨਾਂ 'ਤੇ ਲਿਖਿਆ ਜਾਂਦਾ ਸੀਗਾ, ਅਤੇ ਅੱਜ ਇਹ ਬਿਜ਼ਨਸਮੈਨ ਬਣ ਗਏ ਨੇ। ਤੁਸੀਂ ਇਹਦੇ ਸਰੀਰ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ, ਇਹਦੀ ਸਮਾਈਲ ਤੋਂ ਵੀ, ਅਤੇ ਗੱਲਾਂ ਤੋਂ ਹੀ ਸੁਣ ਲਈਆਂ ਨੇ, ਅਤੇ ਹੁਣ ਅੰਦਰ ਚੱਲ ਕੇ ਫੈਕਟਰੀ 'ਚ ਕਰਦੇ ਕੀ ਨੇ। ਚਲੋ ਮਹਾਰਾਜ ਚੱਲੀ, ਚਲੋ ਬਾਬਾ ਜੀ ਚਲੋ, ਆਓ ਜੀ ਆਓ ਜੀ ਮਹਾਰਾਜ ਅੱਗੇ ਅੱਗੇ, ਤੁਸੀਂ ਅੱਗੇ ਚਲੋ, ਮੈਨੂੰ ਪਾਇਆ ਕਿਸੇ ਹੋਰ ਨਾ ਤੁਰ ਜਾ। ਚਲੋ ਜੀ, ਮੈਂ ਆਪਣੇ ਮਿੱਤਰ ਦੇ ਆਫਿਸ ਪਹੁੰਚ ਗਿਆ, ਅਤੇ ਬਾਈ ਫੋਨ ਦੀ ਰਿੰਗ ਹੈ ਜਿਹੜੀ ਹੈ ਹਟਦੀ ਨਹੀਂ ਹੈਗੀ, ਹੈ ਨਾ। ਇੱਧਰ ਸਾਡੇ ਅੰਕਲ ਜੀ, ਮੇਰੇ ਫਾਦਰ ਕਿਆ ਬਾਤ ਹੈ ਜੀ, ਗਣਪਤੀ ਜੀ ਅਤੇ ਇੱਧਰ ਇਹਨਾਂ ਦੀ ਸਵਾਰੀ, ਅਤੇ ਆਹ ਕਿਆ ਬਾਤ। ਹਾਂਜੀ ਮਹਾਰਾਜ, ਸਾਨੂੰ ਹੁਣ ਹਾਂਜੀ ਰੋਸ਼ਨੀ ਪਾਓ, ਜਿਹੜਾ N95 ਮਾਸਕ ਆਪਾਂ ਇੱਥੇ ਬਣਾਉਂਦੇ ਹਾਂ, ਹਾਂਜੀ ਵੀ ਕਿਵੇਂ ਦਾ ਹੁੰਦਾ ਤੁਹਾਡਾ N95 ਮਾਸਕ? ਭਾਅ ਜੀ ਮੈਂ ਕੋਵਿਡ ਦੇ ਵਿੱਚ ਇੱਕ ਮਾਤਰ ਸਹਾਰਾ ਰਿਹਾ ਜੀ, ਕਈਆਂ ਦਾ ਕਈਆਂ ਨੂੰ ਬਤਾ ਇਹਨੇ ਹੈਲਪ ਕੀਤੀ ਹੈ ਜੀ। ਮੈਂ ਤੁਹਾਨੂੰ ਦਿਖਾਉਂਦਾ ਜਿਹੜਾ ਪ੍ਰੋਡਕਟ ਆਪਣੇ ਬਣਦਾ ਹੈ, ਦਿਸ ਇਜ਼ ਵਾਟ ਵੀ ਆਰ ਮੇਕਿੰਗ। ਅੱਛਾ, ਇਹ ਹੈਗਾ ਜੀ ਆਪਣੇ ਵਾਲਾ ਮਾਸਕ, N95 ਮਾਸਕ। ਆਲਰਾਈਟ, ਹੈ ਨਾ। ISI ਮਾਰਕ ਹੈ ਨਾਲ? ਹਾਂਜੀ ਹਾਂਜੀ, ਦਿਸ ਇਜ਼ ISI ਮਾਰਕ। ਸਾਨੂੰ ਹੁਣੇ ISI ਮਾਰਕ ਅਪਰੂਵਲ ਮਿਲੀ ਹੈ। ਇਹ ਹੈ ਜੀ, ਓਕੇ। ਸੋ ਇਹ ਹੈ ਜੀ ਬੇਸਿਕਲੀ ਮਾਸਕ ਜਿਹੜਾ ਬਾਈ ਦੀ ਇੱਥੇ ਕੰਪਨੀ 'ਚ ਬਣਦਾ। ਇਹਦੀ ਇਹਦੀ ਕੀ ਖਾਸੀਅਤ ਹੈ ਨਾ, ਮਤਲਬ ਉਹ ਵੀ ਦੱਸੋ। ਅਤੇ ਇਹ ਕੰਪਲੀਟਲੀ ਆਟੋਮੈਟਿਕ ਮਸ਼ੀਨਾਂ 'ਤੇ ਬਣਿਆ। ਆਹਾਂ, ਠੀਕ ਨਾ ਜੀ। ਅਤੇ ਦੂਜਾ, ਇਹਦੇ ਵਿੱਚ ਜੋ ਜੋ N95 ਕਹਾਣ ਲਈ ਚਾਹੀਦਾ ਹੁੰਦਾ ਉਹ ਹੈਗਾ। ਆਈਲ ਸ਼ੋਅ ਯੂ ਵਨ ਥਿੰਗ,
अच्छा अल्ट्रासोनिकली फिटिंग फिटिंग हो रखी है। हाँ हाँ तो ये पग वाले बंदे आप देखो जी खराब ना हो जाए मैं ले जाना मेल्ट ब्लोन लेयर कह दें मेल्टनोन लेयर एक्ट्स एज अ फिल्टर जिहड़ा उहदे लिखिया हुंदा ना N95 हाँ जी इहदा मतलब है भी 95% इह जिहड़ी बैक्टीरियाज नूं है उह रोकेगी। अच्छा N95 मतलब 95% फिल्ट्रेशन है इसदी फिल्ट्रेशन है रेट है एफिशिएंसी दी जिहड़ी है ओके ना जी ते के हाइग्रोस्कोपिक लेयर असीं लगांदे हां जिहदे नाल ना जे कोई पसीना भी आवे तां सोक ले। एक मिंट दिखा दो दिस इज हाइग्रोस्कोपिक लेयर। अच्छा हाइग्रोस्कोपिक ओके 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 है ना पंजाब दे विच ना जी 7 बंदे कोल एसआई मार्क है अज तक दा उहदे विचों एक कंपनी अपनी है रिहंत पैकवेल दे नाम तों मोहाली हैगी ओके असी मास्क बना रहे हैं जी कोशिश करदे हैं जी मगे वर्ल्ड दे वधिया मास्कां चों एक मास्क बनाया जाण। ते हुण आपां जी फैक्टरी च पहुंच गए जिथे मतलब मास्क बनदे ने सो गौतम भाई देयर विद हिज टीम ते आ देखो जी पिछे पूरी है मशीन लगी हुई है N95 मास्क दी ते तुहानू हुण दिखाई जाऊंगे नाल दी नाल। ਅਤੇ ਗੌਤਮ ਭਾਈ ਦੱਸੋ ਮਾੜਾ ਜਿਹਾ ਕਿੱਧਰੋਂ ਪ੍ਰੋਸੈਸ ਸ਼ੁਰੂ ਹੁੰਦਾ ਇਹ ਦੇਖੋ ਜੀ ਹਾਂ ਇਹ ਲੱਗੇ ਹੋਏ ਨੇ ਉਹਦੇ ਹਾਂਜੀ ਸਪੰਜ ਬਾਉਂਡ ਸਪੰਜ ਮੈਲਟ ਬਲੋਨ ਫਸਟ ਲੇਅਰ ਸਪੰਜ ਬਾਉਂਡ ਥਰਡ ਲੇਅਰ ਓਕੇ ਮੈਲਟ ਬਲੋਨ ਦੀ ਫੋਰਥ ਲੇਅਰ ਠੀਕ ਹੈ ਹਾਈਡਰੋਸਕੋਪਿਕ ਆ ਗਿਆ ਜੀ ਆਪਣਾ ਸਪੰਜ ਓਕੇ ਆ ਫਿਫਥ ਲੇਅਰ ਦੇਖੋ ਜੀ ਇਹ ਅੱਗੇ ਦੀ ਗੇਮ ਮਸ਼ੀਨ ਦੀ ਤਾਂ ਸੰਤਰਾਂ ਦੀ ਜੀ ਲਓ ਸੰਤਰਾਂ ਦੀ ਸੰਤਰਾਂ ਜੀ ਇੱਧਰ ਨਹੀਂ ਆਉਂਦੀ ਹਾਂ ਬੇਟਾ ਫੋਨ ਲਗਾਓ ਸਟਾਰਟ ਕੀਜੀਏ ਸਰ ਓਕੇ। हाँ जी तो जिहड़ा हुण तुहाडे सामने आ मास्क बनन जा रहा जी तो यह जिदा बाई ने दस्या कि 5 लेयर मास्क है N95 जिहड़ा मास्क है जी स्पेशली बनाया जांदा तो इहदे विच जिहड़ियां भी इंपोर्टेंट जरूरी लेयरस ने परतां ने वो सारियां इहदे विच हैगियां ने। तो जिहड़ी इक होर मैनूं वधिया चीज़ लगी कि यह मशीनी बनाया जा रहा क्योंकि हत्थां नाल ना इनफेक्शन फैलण का ज़्यादा खतरा हुंदा सो उस पक्षों यह बहुत हाईजीनिक है दैट्स वाई इहनूं ISI मार्क अरिहंत पैकवेल्स इहनां दी बाई उहनां दी कंपनी नूं दित्ता गया सो ISI मार्क के जिहड़े ने N95 मास्क के बनाउंदे ने ते मशीन भी खास तौर पर बाहरों इंपोर्ट करवाई है बाई ने सो ग्रेट वर्क। ईयर लूप अच्छा जिहड़े पिछे कन्ना टंगण वाले होंगे हाँ जी हाँ जी ऑटोमैटिकली लगनगे डसियां देखो जी ऑटोमैटिकली लगदियां तो मैं हुण परली साइड तो देखना शुरू करिए इत्थों देखो जी लगाता जी फायर तो स्टार्ट करना। अच्छा हाँ जी विपन जी स्टार्ट करिए जा चुका मैं थोड़ा लेट आया अज बट स्टिल देखे यार थैंक यू धन्यवाद थैंक यू भाजी भाई जान शुक्रिया क्या बात है जी मास्क आप दिखाया N95 मास्क वो पिछे जोड़ा काम है जी पैकिंग का इतने हूँ चलता सारा है ना तो नाल दी नाल तो फिलहाल उधर डिपार्टमेंट छुट्टी दिया आप लेट है तो भाई इधर मास्क हाँ जी भेरे लो भेरे सो उतारो आप आओ वीयर प्रोडक्शन वीयर प्रोडक्शन के नहीं क्या बात है पूरा ओके काम है
ਨਾ ਜੀ ਨਾ ਜੀ ਸੋ ਆਹ ਜਿਹੜਾ ਮਾਸਕ ਹੈ ਜੀ ਇਹ ਫਿੱਟ ਬਹੁਤ ਆਇਆ ਮੈਨੂੰ ਮੈਂ ਹਾਲਾਂਕਿ ਪਹਿਲਾਂ ਵੀ ਮਾਸਕ ਪਾਉਂਦਾ ਰਿਹਾ ਪਰ ਉਹਨਾਂ ਨਾਲੋਂ ਇਹ ਕੰਫਰਟੇਬਲ ਬੜਾ ਲੱਗ ਰਿਹਾ ਮੈਨੂੰ ਪਿੱਛੋਂ ਐਡਜਸਟੇਬਲ ਵੀ ਹੈ ਜੈਨੂਅਨਲੀ ਸੋ ਮੈਂ ਹੁਣ ਆਏ ਕਰਕੇ ਤੁਹਾਡੇ ਨਾਲ ਗੱਲ ਕਰਦਾ ਸੋ ਪਿੱਛੋਂ ਤੁਸੀਂ ਐਡਜਸਟ ਵੀ ਕਰ ਸਕਦੇ ਹੋ ਜੀ ਸੋ ਜਿੱਦਾਂ ਕਰਨਾ ਸੋ ਜਿਹੜੇ ਖਾਸ ਤੌਰ 'ਤੇ ਪੱਗ ਬੰਨਦੇ ਆ ਉਹਨਾਂ ਲਈ ਬੜਾ ਵਧੀਆ ਅਤੇ ਜਿਹੜੇ ਮੋਨੇ ਆ ਉਹਨਾਂ ਲਈ ਵੀ ਹੈਗਾ ਮਾਸਕ ਇੱਦਾਂ ਦਾ ਸੋ ਡੂ ਪਰਚੇਜ਼ ਇਟ ਅਤੇ ਅੱਜ ਕੱਲ੍ਹ ਮੇਰੇ ਖਿਆਲ 'ਚ ਇਹ ਲੰਬਾ ਸਮਾਂ ਚੱਲਣ ਵਾਲਾ ਹੀ ਹੈ ਇਸ ਕਰਕੇ ਵਧੀਆ ਮਾਸਕ ਪਲੀਜ਼ ਟੇਕ ਕੇਅਰ ਆਫ ਯੋਰ ਸੈਲਫ ਬਚੋ ਜੀ ਕੋਵਿਡ ਤੋਂ ਬਚੋ ਆਪ ਵੀ ਬਚੋ ਆਪਣੇ ਨੂੰ ਵੀ ਬਚਾਓ ਰਾਈਟ 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 ਅਤੇ ਬਾਕੀ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਫਿਰ ਤੋਂ ISI ਮਾਰਕ ਇਹਨਾਂ 'ਤੇ ਲੱਗਿਆ ਹੋਇਆ ਇਹਨਾਂ ਮਾਸਕ 'ਤੇ ਸੋ ਜੇ ਤੁਸੀਂ ਚਾਹੁੰਦੇ ਹੋ ਇਹ ਮਾਸਕ ਨੂੰ ਤੁਹਾਡੇ ਕੋਲ ਪਹੁੰਚਾਇਆ ਜਾਵੇ ਕਿਸੇ ਤਰ੍ਹਾਂ ਮੈਂ ਤੁਹਾਨੂੰ ਕੀ ਕਰਾਂਗਾ ਮੈਂ ਤੁਹਾਨੂੰ ਬਾਈ ਦਾ ਇੰਸਟਾਗ੍ਰਾਮ 'ਤੇ ਲਿੰਕ ਜਿਹੜਾ ਹੈਗਾ ਜਾਂ ਕੰਟੈਕਟ ਨੰਬਰ ਮੈਂ ਦੇਵਾਂਗਾ ਸੋ ਉੱਥੇ ਕੰਟੈਕਟ ਕਰਕੇ ਆਪਣੇ ਔਡਰ ਤੁਸੀਂ ਪਹੁੰਚਾ ਸਕਦੇ ਹੋ ਸੋ ਚੰਗੀ ਚੀਜ਼ ਆ ਤਾਂ ਹੀ ਆਪਾਂ ਤੁਹਾਡੇ ਵੱਲ ਲੈ ਕੇ ਆ ਰਹੇ ਹਾਂ ਮਸ਼ਹੂਰੀ ਨਹੀਂ ਹੈਗੀ ਇਹ ਰਿਕਮੈਂਡ ਇਹ ਪਿਆਰ ਹੈ ਰਿਕਮੈਂਡਡ ਪਿਆਰ ਸੋ ਡੈਫੀਨੇਟਲੀ ਗੋ ਫੋਰ ਇਟ ਐਨਲਾਈਟ ਯਾਰ ਵਧੀਆ ਮਾਸਕ ਆ ਚੰਗਾ ਕੰਮ ਕਰੂਗਾ ਨਿਊ ਮਾਸਕ ਅਤੇ ਆਹ ਲਓ ਜੀ ਨਵਾਂ ਮਾਸਕ ਆਪਾਂ ਨੇ ਪੂਰਾ ਐਡਜਸਟੇਬਲ ਹੈ ਇਹ ਆਹਦੇ ਇੱਥੋਂ ਪਿੱਛੋਂ ਵੀ ਤੁਸੀਂ ਐਡਜਸਟ ਵੀ ਕਰ ਸਕਦੇ ਹੋ ਪੱਗ ਵਾਲੇ ਬੰਦਰੀ ਦਾ ਬੜਾ ਵਧੀਆ ਜੀ ਇਹ ਕੰਮ ਨਾ ਸੋ ਇਹ ਜਿਹੜੇ ਮਾਸਕ ਨੇ ਆਹਦੇ ਬਾਈ ਪਿੱਛੇ ਗੌਤਮ ਮੇਰਾ ਮਿੱਤਰ ਵੀ ਆ ਜੀ ਅਤੇ ਮੈਂ ਇੱਥੇ ਅੱਜ ਬਿਜ਼ਨਸਮੈਨ ਗੌਤਮ ਜੈਨ ਨੂੰ ਮਿਲਣ ਆਇਆ ਸੀਗਾ ਅਤੇ ਆਹ ਦੇਖੋ ਡੱਬਾ ਜਿਹੜਾ ਹੈਗਾ ਬਾਈ ਨੇ ਅੱਜ ਗਿਫਟ ਕੀਤਾ ਮੈਨੂੰ ਆਹ ਜਿਹੜਾ ਬਾਈ ਹੈ ਸੋ ਇਹ 40 ਮਾਸਕ ਦਾ ਡੱਬਾ ਜਿਹੜਾ ਪੈਕ ਕਰਤਾ ਬਾਈ ਨੇ ਸਾਰੀਆਂ ਇੰਸਟਰਕਸ਼ਨਸ ਨੇ ISI ਮਾਰਕ ਹੈ ਅਤੇ ਅਰਿਹੰਤ ਪੈਕਵੈਲ ਆਹ ਜਿਹੜੀ ਕੰਪਨੀ ਹੈ ਇਹ ਤੁਸੀਂ ਧਿਆਨ ਦੇਣਾ ਵੀ ਇੱਥੋਂ ਬਣਦੇ ਨੇ ਵਿਦ ਮਾਈ ਨਿਊ ਮਾਸਕ N95 ਜਿਹੜਾ ਕਿ ਮੈਂ ਹੁਣ ਪਰਚੇਜ਼ ਕੀਤਾ ਜੀ ਆਪਣੇ ਦੋਸਤ ਦੀ ਇੱਥੇ ਕੰਪਨੀ ਤੋਂ ਉਹਨਾਂ ਨੇ ਗਿਫਟ ਵੀ ਕੀਤੇ ਨੇ ਮੈਨੂੰ 40 ਮਾਸਕ ਅਤੇ ਕਿਉਂਕਿ ਅੱਗੇ ਜਿਹੜਾ ਮਾਹੌਲ ਹੁਣ ਬਣਦਾ ਜਾ ਰਿਹਾ ਮਾਸਕ ਤੋਂ ਬਿਨਾਂ ਤਾਂ ਨਾ ਘੁੰਮੋ ਕਿਉਂਕਿ ਸੇਫਟੀ ਜਿਹੜੀ ਗੱਲਬਾਤ ਹੈਗੀ ਹੈ ਵੀਅਰ ਦਾ ਮਾਸਕ ਅਤੇ ਆਹ ਜਿਹੜਾ ਮਾਸਕ ਹੈ ਇਹਦਾ ਮੈਂ ਕੰਟੈਕਟ ਨੰਬਰ ਤੁਹਾਨੂੰ ਥੱਲੇ ਲਿਖਾਂਗਾ ਜੀ ਔਡਰ ਦੇਣਾ ਤੁਸੀਂ ਬਲਕ ਵਿੱਚ ਵੀ ਔਡਰ ਦੇਣਾ ਕਿਉਂਕਿ ਬਾਈ ਬਲਕ ਵਿੱਚ ਇੱਥੋਂ ਔਡਰ ਜਾਂਦੇ ਨੇ ਤਾਂ ਤੁਸੀਂ ਬਲਕ 'ਚ ਵੀ ਔਡਰ ਦੇ ਸਕਦੇ ਹੋ ਮੈਂ ਤੁਹਾਨੂੰ ਸਾਰਾ ਥੱਲੇ ਡਿਟੇਲ ਦਿੰਦਾ ਤੁਸੀਂ ਦੇਖਦੇ ਜਾ ਰਹੇ ਪਾਚਿੰਗ ਕੇ ਦੇਵਿੰਦਰ ਜੀ ਯੋ ਮੈਨ ਤੇ ਆਹ ਵੀ ਇੱਧਰ ਬਾਬਾ ਜੀ ਸਾਡੇ ਆ ਆਏ ਹਾਏ ਹਾਏ ਇੱਧਰੋਂ ਅਸ਼ੀਰਵਾਦ ਲਾਈਏ ਗਣਪਤੀ ਬੱਪਾ ਮੋਰਿਆ ਕਹੀਏ